ਇਹਦੀ ਮਾਂ ਦੁਨੀਆ ਦੀ ਲੈਜੈਂਡ ਕੋੜੀ ਹੂ ਜਾਂ ਰਾਜ ਰਾਨੀ ਇਹ ਸਲਮਾਨ ਖਾਨ ਤੇ ਕਟਰੀਨਾ ਕੈਫ ਦੋਨੇ ਉਹਨੂੰ ਲੈਣ ਆਏ ਸੀ ਇਹ ਹੈਗਾ ਬਾਈ ਜੀ 16 ਮਹੀਨਿਆਂ ਦਾ ਹਲੇ ਹੋਇਆ ਨਹੀਂ 64 ਇੰਚ ਤੱਕ ਕਰ ਗਿਆ ਤੇ ਇਹ ਤੇ 2 ਕਰੋੜ 25 ਲੱਖ ਰੁਪਈਆ ਲੱਗ ਗਿਆ ਆ ਘੋੜਾ ਇੰਡੀਆ ਚ ਹਾਰਦਾ ਨਹੀਂ ਕਿਸੇ ਤੋਂ ਕੋੜਾ ਮੋਣੀ ਕਰਦਾ ਤੁਹਾਡੇ ਨਾਲ ਤੁਸੀਂ ਨੇੜੇ ਨਹੀਂ ਜਾ ਇਹ ਤਾਂ ਮੇਰੀ ਜਾਨ ਆ ਵੈਸੇ ਥੋੜਾ ਜਨਾ ਮਸਤ ਜਾਂਦਾ ਘੋੜੀਆਂ ਦੇਖ ਕੇ ਉਦੋਂ ਫਿਰ ਸੱਟ ਫੇੜਦਾ ਨਾਲੇ ਜਿਹੜਾ ਘੋੜਾ ਮਸਤ ਹੈ ਨਾ ਉਹ ਘੋੜਾ ਕਾ ਦਾ ਐ ਅੱਜ ਜਿੰਨੀਆਂ ਘੋੜੀਆਂ ਨੇ ਤਿੰਨ ਪੀੜੀਆਂ ਦਾ ਪੈਸਾ ਲਾਤਾ ਬਾਈ ਜੀ ਇੱਕ ਮਹੀਨਾ ਨਾ ਬਦਾਮ ਸਿਲ ਕੇ ਖਵਾਏ ਇੱਕ ਇਹਨੂੰ ਡੇਲੀ ਅਖਰੋਟ ਪੈਂਦੇ ਨੇ ਡੇਲੀ ਇਹਨੂੰ ਦੁੱਧ ਚਾਂਡੇ ਪਿੰਦੇ ਨੇ ਦੇਸੀ ਸਾਹੀ ਵਾਲ ਗਾਂ ਦਾ ਜਿਹਦਾ 100 ਰੁਪਏ ਲੀਟਰ ਦੁੱਧ ਆ ਇਨੂੰ ਦਿਨ ਚ ਉਹ 14 ਲੀਟਰ ਦੁੱਧ ਪੀਣਾ ਇਹਨੇ ਦੇ ਸਕਦੇ ਫੇਰ ਬਾਦਲ ਤੋਂ ਪੈਸੇ ਲਾਓਗੇ ਪੈਸੇ ਤਾਂ ਲਵਾੰਗੀ ਹੋਰ ਹੁਣ ਮਿਹਨਤ ਕਰਦੇ ਆਂ ਹੋਰ ਫ੍ਰੀਕ ਹੁਣ ਦੇ ਦੂ ਤਾਂ ਇਹ ਦੋਸਤੀ ਨਹੀਂ ਹੈ ਨਹੀਂ ਦੋਸਤੀ ਅਲੱਗ ਚੀਜ਼ ਆ ਦੋਸਤੀ ਚ ਆਪਾਂ ਇੱਕ 5-7 ਲੱਖ ਦਾ ਬੱਚਾ ਦੇ ਸਕਦੇ ਆਂ 10 ਲੱਖ ਦਾ ਦੇ ਸਕਦੇ ਆਂ 10 ਕਰੋੜ ਦਾ ਕਿਵੇਂ ਫ੍ਰੀਜ ਦੇ ਦਾਂਗੇ ਕੋਈ ਫ੍ਰੀ ਨਹੀਂ ਐ ਸੁਖਵੀਰ ਬਾਦਲ ਤੁਸੀਂ ਕਰੋੜ ਲਾਇਆ ਤੈਨੂੰ ਪੀੜੀਆਂ ਦਾ ਜ਼ਮੀਨ ਵੇਚ ਤੀ ਘੋੜੇ ਪਿੱਛੇ ਉਹ ਜਹਰੀ ਦੋਸਤੀ ਦੇ ਵਿੱਚ ਕੰਗਾ ਧੋੜੀ ਕਰਾਉਣਾ ਆਪਦਾ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਵੀ ਸਾਡਾ ਮੌਜੂਦ ਨੇ ਤੇ ਤੁਸੀਂ ਦੇਖਿਆ ਤੁਮਾਕੇਦਾਰ ਇੰਟਰਵਿਊ ਤਾਂ ਜਨਾਬ ਦੇ ਨਾਲ ਕੀਤਾ ਹੀ ਆ ਪਰ ਜਨਾਬ ਨਾਲ ਘੋੜਿਆਂ ਦਾ ਸ਼ੌਕ ਵੀ ਰੱਖਦੇ ਹੈਗੇ ਨੇ ਬਾਬਾ ਜੀ ਸ਼ੌਕ ਤਾਂ ਤੁਹਾਡੇ ਬੜੇ ਨਰਾਲੇ ਆ ਘੋੜਾ ਵੀ ਰੱਖਦੇ ਹੋ ਆ ਘੋੜਾ ਵੀ ਦਿਖਾ ਦੇਣੇ ਵੀਡੀਓ ਜਰਨਲਿਸਟ ਨੂੰ ਚਾਹਾਂਗੇ ਇਹ ਘੋੜਾ ਦਿਖਾਇਆ ਜਾਵੇ ਬਾਬਾ ਜੀ ਇਹ ਕਿਹੜੀ ਨਸਲ ਦਾ ਹੈਗਾ ਬੀਰ ਦੀ ਇਹ ਜੇ ਘੋੜਾ ਨਹੀਂ ਹੈਗਾ ਇਹ ਹੱਲੇ 15 ਮਹੀਨੇ 20 ਦਿਨਾਂ ਦਾ ਵਸ਼ੇਰਾ ਹੋਇਆ ਅੱਛਾ ਇਹ ਸਾਡੇ ਵੱਡੇ ਭਾਗ ਨੇ ਵੀ ਇਹਦੀ ਮਾਂ ਦੁਨੀਆ ਦੀ ਲੈਜੈਂਡ ਕੋੜੀ ਹੋਈ ਆ ਰਾਜ ਰਾਨੀ ਅੱਛਾ ਉਹਨੇ ਜਿੰਨੇ ਵੀ ਬੱਚਿਆਂ ਨੂੰ ਜਨਮ ਦਿੱਤਾ ਸਾਰੇ ਕਰੋੜਾਂ 'ਚ ਵਿਕੇ ਨੇ ਅੱਛਾ ਇਹ ਤਿੰਨ ਭਰਾ ਹੋਏ ਨੇ ਇਹਨਾਂ ਦਾ ਸਭ ਤੋਂ ਵੱਡਾ ਭਰਾ ਸੀਗਾ ਸ਼ਾਨ ਉਹ 11 ਸਾਲ ਦਾ ਹੋ ਕੇ ਮਰ ਗਿਆ ਸਲਮਾਨ ਖਾਨ ਤੇ ਕਟਰੀਨਾ ਕੈਫ ਦੋਨੇ ਉਹਨੂੰ ਲੈਣ ਆਏ ਸੀ 11 ਕਰੋੜ ਉਹਨਾਂ ਨੇ ਲਾਇਆ ਸੀ 10 ਕਰੋੜ ਸੁਖਵੀਰ ਬਾਦਲ ਨੇ ਇਹਨਾਂ ਦੀ ਜਿਹੜੀ ਇਹਦੀ ਮਾਂ ਦਾ ਬੱਚਾ ਵਲੇ ਇਹਦਾ ਵੱਡਾ ਭਰਾ ਹੀ ਸੀ ਉਦੋਂ ਛੋਟਾ ਭਰਾ ਸਰਖਾਬ ਆ 6.5 ਸਾਲ ਦਾ ਕਿੱਕੀ ਢਲੋਂ ਜਿਹੜੇ ਮੰਤਰੀ ਰਹੇ ਨੇ ਸ਼ਾਂਤਾਂ ਮਰ ਗਿਆ ਨਾ ਤੇ ਉਹ 6.5 ਕਰੋੜ ਦਾ ਇਹ ਹੈਗਾ ਬਾਈ ਜੀ 16 ਮਹੀਨਿਆਂ ਦਾ ਹਲੇ ਹੋਇਆ ਨਹੀਂ 64 ਇੰਚ ਕੱਦ ਕਰ ਗਿਆ ਤੇ ਇਹ ਤੇ 2 ਕਰੋੜ 25 ਲੱਖ ਰੁਪਈਆ ਲੱਗ ਗਿਆ ਇਹਦੀ ਕਿੰਨੀ ਹਾਈਟ ਜਾ ਸਕਦੀ ਆ ਹਾਈਟ ਵੀਰ ਜੀ 8 ਸਾਲ ਤੱਕ ਵੱਧਦੀ ਆ ਘੱਟੋ ਘੱਟ ਜੇ ਜ਼ਿਆਦਾ ਨਹੀਂ ਇਹ 67 68 ਇੰਚ ਕੱਦ ਹੋਊਗਾ ਸ਼ਾਨ ਕੋੜਾ 65 ਸੀਗਾ ਇਹ 66 68 ਹੋਊਗਾ 64 ਤੱਕ ਹੋ ਗਿਆ ਨਾ ਸ਼ਾਨ 65 ਸੀ ਤਾਂ ਹੀ ਦੇਖੋ ਜਿੱਦੇ ਨਾ ਸ਼ਾਨ ਪੈਦਾ ਹੋਇਆ ਜੋਹਲ ਸਾਹਿਬ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਤਾਰੀ ਲੀਲਾ ਵਾਲੇ ਕੋਲ ਬਾਈ ਤਾਰੀ ਲੀਲਾ ਵਾਲਾ ਇੱਕ ਲੈਜੈਂਡ ਆ ਘੋੜਿਆਂ ਦੀ ਦੁਨੀਆ ਦਾ ਮੇਘ ਸਿੰਘ ਦੇ ਪੋਤਰੇ ਨੇ ਕਰੋੜਾਂ ਦਾ ਮਾਲ ਖੜਾ ਉਹਨਾਂ ਦੇ ਸਾਰੀ ਦੁਨੀਆ ਉਹਨਾਂ ਦੀ ਫੈਨ ਹੈ ਤਾਰੀ ਹਰਾਂ ਦੀ ਲੀਲਾਣਾ ਦੀ ਬਾਈ ਨੇ ਉਹਨਾਂ ਦੇ ਘਰੇ ਇਹਦੀ ਮਾਂ ਖੜੀ ਆ ਜਦੋਂ ਉਹਨੇ ਸ਼ਾਨ ਨੂੰ ਜਨਮ ਦਿੱਤਾ ਸੀ ਨਾ ਤਾ ਜੋਹਲ ਸਾਹਿਬ ਕਹਿੰਦੇ ਸੀ ਕਹਿੰਦੇ ਆਹ ਘੋੜਾ ਇੰਡੀਆ ਚ ਹਾਰਦਾ ਨਹੀਂ ਕਿਸੇ ਤੋਂ ਉਹ 28 ਸਾਲ 28 ਸ਼ੋ ਲਗਾਤਾਰ ਹੀ ਜਿੱਤੇ ਆ ਉਹਦੀ ਕੀਮਤ 11 ਕਰੋੜ ਲੱਗੀ ਆ ਜਦੋਂ ਇਹ ਪੈਦਾ ਹੋਇਆ ਉੱਥੇ ਮੈਂ ਖੜਾ ਸੀ ਉੱਥੇ ਜੋਹਲ ਸਾਹਿਬ ਇਹ 10 ਦਿਨਾਂ ਦਾ ਸੀ ਜੋਹਲ ਸਾਹਿਬ ਕਹਿੰਦੇ ਲੈ ਵੀ ਸ਼ਾਨ ਨੂੰ ਹਰਾਉਣ ਵਾਲਾ ਪੈਦਾ ਹੋ ਗਿਆ ਹੁਣ ਤੁਸੀਂ ਦੇਖੋ ਸ਼ਾਨ ਛੋਟਾ ਹੁੰਦਾ ਵੇ ਕਿਹਾ ਸੀ 40 ਲੱਖ ਦਾ ਸਰਖਾਵ ਛੋਟਾ ਹੁੰਦਾ ਵੇ ਕਿਹਾ ਸੀ 38 ਲੱਖ ਦਾ ਇਹ ਛੋਟਾ ਹੁੰਦਾ ਵੇ ਕਿਹਾ 1 ਕਰੋੜ 5 ਲੱਖ ਦਾ ਅੱਛਾ ਸਲਮਾਨ ਤੇ ਕਟਰੀਨ ਨੇ ਵੀ ਤਾਂ ਡਿਮਾਂਡ ਕਰ ਲਈ ਦੀ ਤੁਸੀਂ ਵੇਚਿਆ ਨਹੀਂ ਆਰਲੈਂਸ ਵਾਲਿਆਂ ਨੇ ਸ਼ਾਨ ਵਾਲਿਆਂ ਨੇ ਸਨਮਾਨ ਹੋਰਾਂ ਨੇ ਬਾਈ ਜੀ ਕੱਲੇ ਏਸ ਘੋੜੇ ਦੀ ਨਹੀਂ ਮੈਂ ਇਹ ਨਹੀਂ ਕਹਿੰਦਾ ਵੀ ਮੇਰੇ ਕੋਲ ਪੰਜਾਬ ਚ ਸਭ ਤੋਂ ਵੱਡਾ ਘੋੜਾ ਮੈਨੂੰ ਲੱਗਦਾ ਵੀ ਬਾਈ ਤਾਰੀ ਲੀਣਾ ਬਾਈ ਸਣੀ ਰਣੀਆਂ ਬਾਈ ਗੈਰੀ ਬਾਈ ਦਾਦਾਣੇ ਬਾਈ ਯਾਰ ਪੇ ਲਗਾ ਆਰ ਪੀ ਗੱਲ ਬਾਈ ਮਨੂ ਸਰਮਾ ਬਾਈ ਪਰਮ ਗੱਲ ਬਾਈ ਆਪਣਾ ਜਾਦ ਬਾਈ ਆਪਣਾ ਸਰਬਜੋਤੇ ਵਾਲੀ ਆਰ ਪੀ ਗੱਲ ਇਹਨਾਂ ਕੋਲੇ ਕਰੋੜਾਂ ਦੇ ਘੋੜੇ ਨੇ ਮੈਂ ਕੱਲਾ ਨਹੀਂ ਹੈਗਾ ਮੈਂ ਹਵਾ ਮਾਰਾ ਕੋੜਾ ਮੂੰਹ ਨਹੀਂ ਕਰਦਾ ਤੁਹਾਡੇ ਨਾਲ ਤੁਸੀਂ ਨੇੜੇ ਨਹੀਂ ਜਾਣਾ ਇਹ ਤਾਂ ਮੇਰੀ ਜਾਨ ਆ ਵੈਸੇ ਥੋੜਾ ਜਨਾ ਮਸਤ ਜਾਂਦਾ ਘੋੜੀਆਂ ਦੇਖ ਕੇ ਉਦੋਂ ਫਿਰ ਸੱਟ ਫੇੜਦਾ ਨਾਲੇ ਜਿਹੜਾ ਘੋੜਾ ਮਸਤੇ ਨਾ ਉਹ ਘੋੜਾ ਕਾ ਦਾ ਹਲੇ ਤਾਂ ਬਾਈ ਜੀ ਇਹ ਇੱਕ ਸਾਲ ਯਾਰ ਰੱਸਾ ਕਿਉਂ ਚਬਾਈ ਜਾਂਦੇ ਹੋ ਕੱਢੋ ਮੂੰਹ ਚੋਂ ਤੁਹਾਨੂੰ ਕਿੰਨੀ ਵਾਰ ਕਿਹਾ ਤੇਲ ਲਾ ਲੈ ਇਹਨੂੰ ਮੈਂ ਰੱਸਾ じゃ ਚਪਣ ਦੀ ਆ ਤਾਂ ਤੋੜ ਕੇ ਲੈ ਕੇ ਜਾਓ ਉਧਰ ਇਹ ਬਾਈ ਜੀ ਇਹ ਸੱਚੇ ਪਾਤਸ਼ਾਹ ਕਿਰਪਾ ਕਰੇ ਉਹਨਾਂ ਨੇ ਜੋਲ ਸਾਹਿਬ ਨੇ ਕਿਹਾ ਤੀ ਵੀ ਸ਼ਾਨ ਨੂੰ ਹਰਾਉਣ ਵਾਲਾ ਪੈਦਾ ਹੋ ਗਿਆ ਐਦਾਂ ਰੱਖੋ ਤੇ ਉਦ ਹੀ ਮੇਰਾ ਮਨ ਕਰਿਆ ਸੀ ਮੇਰੀ ਜ਼ਿੰਦਗੀ ਦਾ ਸੁਪਨਾ ਸੀ ਵੀ ਬਾਈ ਮੈਂ ਸਭ ਤੋਂ ਬਾਈ ਵਧੀਆ ਘੋੜਾ ਲਵਾਂਗਾ ਅੱਛਾ ਲੋਕਾਂ ਨੂੰ ਤਾਂ ਐ ਲੱਗਦਾ ਵੀ ਐਂ ਜਾ ਕੇ ਖਾਨੀ ਐਂ ਪੈਸੇ ਆ ਗਏ ਤੇ ਘੋੜਾ ਲੈ ਲਿਆ ਅੱਛਾ ਇਹਨੂੰ ਵੇਚਣਾ ਨਹੀਂ ਹੈ ਬਾਈ ਜੀ ਦੁਨੀਆ ਦਾ ਇੱਕ ਵੀ ਬੰਦਾ ਮੇਰੇ ਸਾਹਮਣੇ ਲੈ ਕੇ ਆਓ ਜਿਹਨੇ ਮੈਨੂੰ ਕਦੇ ਇੱਕ ਬਸ਼ੇਰੀ ਵੀ ਦਵਾਈ ਹੋਵੇ ਇਹਨੂੰ ਵੇਚਣਾ ਨਹੀਂ ਹੈ ਅੱਠ ਗੱਡੀਆਂ ਸੀ ਮੇਰੇ ਕੋਲ ਜਿਹੜੀਆਂ ਮੈਂ ਆਪਣੀ ਕਿਰਤ ਕਮਾਈ ਕਰਕੇ ਲਈਆਂ ਨੇ ਆ ਜਿੰਨੀਆਂ ਘੋੜੀਆਂ ਨੇ ਤਿੰਨ ਪੀੜੀਆਂ ਦਾ ਪੈਸਾ ਲਾਤਾ ਬਾਈ ਜੀ ਮੈਂ ਤੇ ਮੇਰੇ ਭਰਾ ਨੇ ਹੋਰ ਕੋਈ ਕੰਮ ਨਹੀਂ ਕੀਤਾ ਸਾਡਾ ਸ਼ੌਂਕ ਵੀ ਆ ਸਾਡਾ ਬਿਜ਼ਨਸ ਵੀ ਆ ਸਾਡੇ ਆਸ਼ਰਮ ਦਾ 11 ਲੱਖ ਰੁਪਏ ਮਹੀਨੇ ਦਾ ਖਰਚਾ ਅਗਲੇ 2 ਸਾਲ ਤੱਕ ਬਈ ਦੀ ਇੱਕ ਮਹੀਨੇ ਦੇ ਵਿੱਚ ਮੈਨੂੰ 25 ਲੱਖ ਰੁਪਏ ਦਿਆ ਕਰੂ ਇਹ ਉਹ ਸਾਰੇ ਆਸ਼ਰਮ ਨੂੰ ਵੇਚਣਾ ਨਹੀਂ ਹੈ ਵੇਚ ਵਈ ਜੀ ਆਪਣਾ ਪੁੱਤ ਕੌਣ ਵੇਚ ਦੂ ਅੱਛਾ ਸੁਖਬੀਰ ਸਿੰਘ ਬਾਦਲ ਨੂੰ ਵੀ ਤਾਂ ਕੋੜਿਆਂ ਦਾ ਸ਼ੌਕ ਹੈ ਕੱਲ ਨੂੰ ਉਹ ਇੱਥੇ ਆ ਗਏ ਉਹਨਾਂ ਨੇ ਮੁੜ ਫੇਰ ਤੋਂ ਡਿਮਾਂਡ ਕਰ ਲਈ ਕਿ ਕੋੜਾ ਮੈਨੂੰ ਦੇ ਦਿਓ ਜਾਂ ਵੇਚ ਦਿਓ ਫੇਰ ਕੀ ਕਹੋਗੇ ਅੰਬਾਨੀਆਂ ਨੂੰ ਨਹੀਂ ਦੇਣਾ ਸੁਖਬੀਰ ਬਾਦਲ ਜੀ ਦਾ ਇੱਕ ਗੱਲ ਹੋਰ ਆ ਹੁਣ ਦੇਖੋ ਮੰਨ ਲਓ ਪਿਛਲੀ ਇੰਟਰਵਿਊ ਦੇ ਵਿੱਚ ਵੀ ਮੈਂ ਕਹਿਤਾ ਸੀ ਵੀ ਮੈਂ ਬਦਾਮ ਖਵਾਉਣਾ ਮੈਂ ਉਹ ਲੋਕਾਂ ਨੂੰ ਦੱਸਣਾ ਚਾਹੁੰਨਾ ਵੀ ਬਦਾਮ ਖਵਾਉਣੇ ਨਹੀਂ ਚਾਹੀਦੇ ਪਰ ਮੈਂ ਖਵਾਤੇ ਸੀ ਤਾਂ ਲੈ ਮੈਨੂੰ ਇਹ ਤਾਂ ਦੱਸੋ ਨਾ ਸੁਖਬੀਰ ਬਾਦਲ ਨੂੰ ਦੋਗੇ ਨਹੀਂ ਉਹੀ ਗੱਲ ਦੱਸਣਾ ਤੁਹਾਨੂੰ ਸਾਰੀ ਗੱਲ ਸਮਝਾਉਂਗਾ ਮੇਰੀ ਗੱਲ ਸ਼ੁਰੂ ਕਰਨ ਦਾ ਤਰੀਕਾ ਹੋਰ ਹੁੰਦਾ ਇਹਨੂੰ ਮੈਂ 2 ਮਹੀਨੇ ਬਾਦਾਮ ਖਵਾਏ ਪਿਛਲੇ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਜੀ ਥੋੜੀ ਰੀਸਨ ਨਾਲ ਕੋਈ ਹੋਰ ਪਾ ਦੇ ਮੈਂ ਉਹਨੂੰ ਦੱਸਿਆ ਮੈਂ ਕਿਹਾ ਮੈਂ 1 ਮਹੀਨਾ ਨਾ ਬਾਦਾਮ ਸਿਲ ਕੇ ਖਵਾਏ ਇੱਕ ਇਹਨੂੰ ਡੇਲੀ ਅਖਰੋਟ ਪੈਂਦੇ ਨੇ ਡੇਲੀ ਇਹਨੂੰ ਦੁੱਧ ਚਾਂਡੇ ਪੈਂਦੇ ਨੇ ਦੇਸੀ ਸਾਹੀ ਵਾਲ ਗਾਂ ਦਾ ਜਿਹਦਾ 100 ਰੁਪਏ ਲੀਟਰ ਦੁੱਧ ਹੈ ਇਹਨੂੰ ਦਿਨ ਚ ਉਹ 14 ਲੀਟਰ ਦੁੱਧ ਪੀਣਾ ਇਹਨੇ ਮਤਲਬ ਇਹਦਾ 3-4000 ਦਾ ਖਰਚਾ ਡੇਲੀ ਓ ਮੈਂ ਕੱਢਣੀ ਕੱਢਣਾ ਇੰਨਾ ਕ ਤਾਂ ਬਾਈ ਜੀ ਮੈਂ ਹੁਣ ਵੀ ਮੈਂ ਤੈਨੂੰ ਦੱਸਾਂ ਹੈਪੀ ਮਨੀਲਾ ਬਾਈ ਗੁਰਪ੍ਰੀਤ ਅੰਟਾਲੇ 2 3 4 5 ਕੋਈ ਬੰਦੇ ਸਾਨੂੰ ਦਾਨ ਦਿੰਦੇ ਆ ਹੋਰ ਨਹੀਂ ਅੱਛਾ ਮਤਲਬ ਕਿ ਮੈਂ ਸਾਰਾ ਕੰਮ ਮੇਰੇ ਪ੍ਰਾਪਰਟੀ ਦਾ ਚੱਲਿਆ ਹੁਣ ਜੇ ਤਾਂ ਅੰਬਾਨੀ ਉਹਰਾ ਨੂੰ ਦਿਨਿਆਂ ਘੋੜਾ ਉਹਨਾਂ ਨੇ ਆਉਣ ਵਾਲੇ ਟਾਈਮ ਦੇ ਵਿੱਚੋਂ ਹਜ਼ਾਰਾਂ ਪਤਾ ਨਹੀਂ ਕਿੰਨੇ ਘੋੜੇ ਲੈ ਗਏ ਉਹ ਕਈ 100 ਘੋੜਾ ਲੈ ਗਏ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਫਾਰਮ 'ਚ ਉਹਨਾਂ ਨੇ ਮੈਨੂੰ ਬਾੜਨਾ ਵੀ ਨਹੀਂ ਇਸ ਕਰਕੇ ਪੈਸੇ ਤਾਂ ਮੈਂ ਇਹਨੂੰ ਜ਼ਿੰਦਗੀ 'ਚ ਕਦੇ ਦੇਣਾ ਨਹੀਂ ਪਰ ਕੋਈ ਇਹੋ ਜਿਹਾ ਸਮਾਂ ਬਣਿਆ ਆਵੇ ਵੀ ਜਦ ਤੱਕ ਦਾ ਵੀ ਪੈਸੇ ਦੀ ਲੋੜ ਹੋਵੇ ਫਿਰ ਅਸੀਂ ਪੰਜਾਬ 'ਚ ਜਿਵੇਂ ਸੁਖਵੀਰ ਬਾਦਲ ਜੀ ਨੂੰ ਤਾਂ ਦੇ ਸਕਦੇ ਹਾਂ ਕਿਉਂਕਿ ਕੱਲ ਨੂੰ ਇਹਦੇ ਅਸੀਂ ਬੱਚੇ ਵੀ ਲੈ ਸਕਦੇ ਹਾਂ ਅਮਬਾਨੀਆਂ ਨੇ ਤਾਂ ਇਹਦਾ ਬੱਚਾ ਹੀ ਨਹੀਂ ਦੇਣਾ ਕੱਲ ਨੂੰ ਫਾਰਮ 'ਚ ਜਾ ਕੇ ਇਹਨੂੰ ਮਿਲ ਵੀ ਸਕਦੇ ਆ ਆਪਣੇ ਪੁੱਤ ਨੂੰ ਪੰਜਾਬ 'ਚ ਤਾਂ ਦੇ ਸਕਦੇ ਆ ਮਤਲਬ ਉਹ ਬੰਦੇ ਨੂੰ ਦੇ ਸਕਦੇ ਆ ਫਿਰ ਬਾਦਲ ਤੋਂ ਪੈਸੇ ਲਾਓਗੇ ਪੈਸੇ ਤਾਂ ਲਵਾਂਗੀ ਹੋਰ ਹੁਣ ਮਿਹਨਤ ਕਰਦੇ ਆ। ਹੋਰ ਫ੍ਰੀਕ ਹੁਣ ਦੇ ਦੂਗਾ। ਇਹ ਦੋਸਤੀ ਲਈ ਹੈ। ਨਹੀਂ ਦੋਸਤੀ ਅਲੱਗ ਚੀਜ਼ ਆ। ਦੋਸਤੀ ਚ ਆਪਾਂ ਇੱਕ 5-7 ਲੱਖ ਦਾ ਬੱਚਾ ਦੇ ਸਕਦੇ ਆ। 10 ਲੱਖ ਦਾ ਦੇ ਸਕਦੇ ਆ। 10 ਕਰੋੜ ਦਾ ਕਿਵੇਂ ਫ੍ਰੀ ਚ ਦੇ ਦਾਂਗੇ? ਅੱਛਾ ਕੋਈ ਫ੍ਰੀ ਨਹੀਂ ਐ ਸੁਖਮੀਰ ਬਾਦਮ। 10 ਕਰੋੜ ਲਾਇਆ। ਤੈਨੂੰ ਪੀੜੀਆਂ ਦਾ ਜ਼ਮੀਨ ਵੇਚਤੀ ਘੋੜੇ ਪਿੱਛੇ ਉਹ। ਜਹਰੀ ਦੋਸਤੀ ਦੇ ਵਿੱਚ ਕੰਗਾ ਧੋੜੀ ਕਰਾਉਣਾ ਆਪਦਾ। ਕਿ ਨਹੀਂ ਝੂਠ ਕਿਉਂ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਉਹਨਾਂ ਕੋਲ ਤਾਂ ਬੜੇ ਘੈਂਟ ਕੋੜੇ ਆ ਨਾ ਮਤਲਬ ਵਿਦੇਸ਼ੀ ਕੋੜੇ ਨੇ ਜੀ ਪਰਮਹੰਸ ਸਾਰੇ ਬਲਾਈਤੀ ਵੀ ਆ ਉਹਨਾਂ ਕੋਲ ਸਭ ਹੈ ਪਰ ਇਹ ਨਹੀਂ ਹੈ ਵੀ ਸੁਖਵੀਰ ਬਾਦਲ ਕੋਲੇ ਸਭ ਤੋਂ ਤਕੜੇ ਨੇ ਇਹ ਨਹੀਂ ਹੈ ਤਾਰੀ ਲੀਲਾ ਕੋਲੇ ਸਰਬਜੋਤ ਕੋਲੇ ਆਪਣਾ ਮੁੰਡਾ ਆ ਗਿਆ ਸਣੀ ਰਣੀਆਂ ਕੋਲੇ ਸੁਖਵੀਰ ਬਾਦਲ ਤੋਂ 10 10 ਗੁਣਾ ਤਕੜੇ ਕੋੜੇ ਨੇ ਅੱਛਾ ਪੰਜਾਬ ਚ ਇਹਦੇ ਵੀ ਯੋਧੇ ਬੈਠੇ ਆ ਉਹ ਕੈਮਰੇ ਮੂਰੇ ਨਹੀਂ ਆਉਂਦੇ ਤਾਰੀ ਲੀਲਣ ਵਾਲਾ ਬਾਈ ਉਹਦੇ ਕੋਲੇ 25 ਕਰੋੜ ਦੀਆਂ ਮਾਲ ਖੜਾ 25 ਕਰੋੜ ਦਾ ਘੋੜੀਆਂ ਖੜੀਆਂ ਤੇ ਸਲਮਾਨ ਖਾਂ ਦੇ ਟ੍ਰੇਨਾਂ ਕਰ ਨੂੰ ਕਹਦੇ ਬਾਬਾ ਜੀ ਇਹ ਘੋੜਾ ਦੇ ਦੋ ਫਿਰ ਸਲਮਾਨ ਖਾਨ ਨੇ ਇਹਦੇ ਪਿਓ ਦਾ ਨਾਂ ਸਲਮਾਨ ਖਾਨ ਨਹੀਂ ਰੱਖਿਆ ਸੀ ਭਾਰਤ ਰਤਨ ਇਹਦੀ ਮਾਂ ਰਾਜਰਾਨੀ ਹੈ ਇਹਦੇ ਪਿਓ ਦੀ ਮਾਂ ਕਵੇਰੀ ਆ ਕਵੇਰੀ ਨੇ ਵੀ ਕੋਈ ਵੀ ਬੱਚਾ ਕਰੋਨਾ ਤੋਂ ਘਟ ਨਹੀਂ ਜੰਮਿਆ ਰਾਜਰਾਨੀ ਨੇ ਵੀ ਕੋਈ ਘਟ ਨਹੀਂ ਜੰਮਿਆ ਇਹਦੀ ਕਵੇਰੀ ਇਹਦੀ ਮਾਂ ਭਾਪੇ ਦੀ ਮਾਂ ਆ ਗਈ ਰਾਜਰਾਨੀ ਇਹਦੀ ਮਾਂ ਆ ਗਈ ਉਧਰ ਹੀ ਰੱਖ ਲਓ ਤੇ ਮਤਲਬ ਕਿ ਇਹ ਟੱਟੋ ਘਟ ਜਿਵੇਂ ਤੁਹਾਨੂੰ ਮੈਂ 10 ਲੱਖ ਦੀ ਘੋੜੀ ਦੇਤੀ ਇਹ ਤੋਂ ਭਰਾ ਕੇ 10 ਲੱਖ ਦਾ ਬੱਚਾ ਮੇਰਾ ਰਹਾ ਬੋਲੋ ਕੋਈ ਗਾਰੰਟੀ ਦੇ ਦੂ ਸਹੀ ਗੱਲ ਹੈ ਟੱਟੋ ਘਟ 20 20 30 30 ਲੱਖ ਦਾ ਬੱਚਾ ਇਹਦਾ ਜੰਮ ਦਾ ਵਿਕਿਆ ਕਰੂਗਾ ਅੱਛਾ ਹਾਂ ਕਾफी ਵੱਡੀ ਗੱਲ ਕਹਿਤੀ ਬਾਬਾ ਜੀ ਨੇ ਤਾਂ ਤੁਸੀਂ ਦੇ ਸਕਦੇ ਹੋ ਕੋੜੇ ਦੀ ਸ਼ਾਨ ਕਿਵੇਂ ਹੈਗੀ ਆ ਤੇ ਕਰੋਨਾ ਦਾ ਇੱਕ ਕੋੜਾ ਹੈ ਤੇ ਸੁਖਬੀਰ ਸਿੰਘ ਬਾਦਲ ਨੂੰ ਵੀ ਕੋਰੀ ਨਾ ਹੈ